ਵੀਰ ਕਾਵਾ ਪੀਣਾ ਤਾਂ ਆ ਜਾ, ਤੁਸੀਂ ਕਹੋਗੇ ਚਿੱਟਾ ਕਾਵਾ, ਨਹੀਂ ਨਹੀਂ ਚਿੱਟਾ ਨਹੀਂ ਹੈਗਾ ਜੀ, ਇਹ ਬਣਨ ਲੱਗਿਆ ਜੀ। ਠੀਕ ਹੈ ਜੀ, ਕਾਫੀ ਪੀਣੀ ਤਾਂ ਆ ਜਾਓ ਫਿਰ। ਸਲਾਮ ਅਲੈਕੁਮ ਜੀ, ਮੈਂ ਹੈਗਾ ਜੀ ਮੁਹੰਮਦ ਇਮਰਾਨ, ਅਤੇ ਤੁਸੀਂ ਦੇਖ ਰਹੇ ਹੋ ਮੇਰਾ ਯੂਟਿਊਬ ਚੈਨਲ ਡੇਲੀ ਪੰਜਾਬ 188। ਅੱਲਾਹ ਤਾਲਾ ਦੇ ਫਜ਼ਲੋ ਕਰਮ ਨਾਲ ਮੈਂ ਠੀਕ ਹੈਗਾ, ਅਤੇ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ, ਅਤੇ ਜਿਹੜੇ ਬਿਮਾਰ ਨੇ ਦੁਆ ਕਰਦੇ ਹਾਂ ਅੱਲਾਹ ਤਾਲਾ ਉਹਨਾਂ ਨੂੰ ਸ਼ਿਫਾ ਦੇਵੇ। ਇਹ ਵਾਰ ਅਸੀਂ ਬਕਾਲੇ 'ਤੇ ਆਏ ਫਿਰਦੇ ਹਾਂ ਅਤੇ ਹਾਈ ਸਾਹਿਬ ਲੈ ਰਹੇ ਨੇ ਜ਼ੈਤੂਨ, ਅੱਜ ਕੱਲ੍ਹ ਬੜਾ ਜ਼ੈਤੂਨ ਖਾ ਰਹੇ ਨੇ ਹਾਈ ਸਾਹਿਬ। ਹਾਈ ਸਾਹਿਬ ਖੈਰ ਆਏ? ਖਾਓ ਬੜੇ ਜ਼ੈਤੂਨ ਖਾ ਰਹੇ ਹੋ, ਇਹ ਜ਼ੈਤੂਨ ਹੈ ਬਹੁਤ ਬਹੁਤ ਤਾਕਤ ਮੈਂ ਲੱਗਦਾ ਹਾਂ ਛੁੱਟੀ ਨਾ ਛੁੱਟੀ ਨੇ ਰਿਆਈ ਕਿਹੜੀ ਇਸ ਵਾਸਤੇ, ਇਸ ਲਈ ਤਾਂ ਜ਼ੈਤੂਨ ਖਾ ਰਹੇ ਹੈ ਨਾ। ਮੁਰੱਬੇ ਵੀ ਖਾਣਾ, ਬੈਕ ਕੈਮਰੇ ਨਾਲ ਇਹਦੇ ਨਾਲ ਸਹੀ ਨਜ਼ਰ ਨਹੀਂ। ਦੇਖੋ ਜੀ ਮੁਰੱਬੇ ਪਏ ਸਾਰੇ, ਮੈਨੂੰ ਤਾਂ ਪਤਾ ਲੱਗਦਾ ਨਹੀਂ ਕਿਹੜੇ ਕਿਹੜੇ ਪਏ ਨੇ। ਆ ਜੀ ਆ ਬਲੈਕ ਵਾਲੇ ਕਿਹੜੇ ਆ, ਕੋਈ ਸਮਝ ਆਉਂਦੀ ਹੈ? ਅਗਰ ਸਮਝ ਆਉਂਦੀ ਤਾਂ ਮੈਨੂੰ ਕਮੈਂਟ 'ਚ ਜ਼ਰੂਰ ਦੱਸਣਾ ਕਿ ਕੀ ਚੀਜ਼ ਹੈਗੀ ਹੈ। ਵਾਹ ਮਾਸ਼ਾਅੱਲਾ, ਆ ਜੀ ਰੋਟੀਆਂ ਪੱਕ ਰਹੀਆਂ ਨੇ, ਤੰਦੂਰ ਵੇਖੋ ਕਿੰਨਾ ਵੱਡਾ ਸਾਰਾ। ये जनाब ये सऊदी में ये खुश बन रहा है, खुश हाँ खुश बन रहा है भाई जान, खुश बन रहा है। ਜਿਨ੍ਹਾਂ ਨੇ ਮੇਰਾ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਨਾਲ ਕਰ ਲਓ ਸਬਸਕ੍ਰਾਈਬ। ਹਾਂਜੀ ਸਾਹਿਬ, ਵੈਸੇ ਜਿਹੜਾ ਤੁਸੀਂ ਸੁਬਹ ਨਾਸ਼ਤਾ ਕਰਾਇਆ ਚੰਨੇ ਲਾਜਵਾਬ VIP, ਬੜੀ ਲਜ਼ਤ ਆਈ ਉਹਨਾਂ 'ਚ। ਮੈਂ ਕਹਿੰਦਾ ਕਮਾਲ ਕਮਾਲ ਖਰਚੇ ਹੋਤੇ ਹੈ, ਕਮਾਲ ਕਮਾਲ, ਜਿਹੜੇ ਹੋਟਲ ਤੋਂ ਲੈ ਕੇ ਫਿਰ ਇੱਕ ਵਾਰੀ ਫਿਰ ਨਾਸ਼ਤਾ ਕਰਾਂਗੇ। ਵੀਵਰ ਬਹੁਤ ਹੀ ਪਿਆਰੇ ਚੰਨੇ ਸੀ। ਹਾਂ ਮਲੂਮ ਚੋਰ 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 ਭਾਈ ਚੋਰ ਇਹ ਕੋਈ ਮਰਾ ਹੈ ਲੋ, ਮਰਾ ਹੈ ਲੋ, ਚੋਰ 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 ਮਰਾ ਹੈ ਲੋ ਕੋਈ। ਫਿਲਪੀਨ ਦੇ ਮੇਰੇ ਨਾਲ ਸਫ਼ਰ ਕਰ ਰਹੇ ਸੀ ਅਤੇ ਕਹਿੰਦੇ ਜੀ ਚੋਰ ਦਾ ਸਾਨੂੰ ਪਤਾ ਹੈ, ਇਹਨਾਂ ਨੂੰ ਚੋਰ ਦਾ ਪਤਾ ਹੈਗਾ ਨਹੀਂ, ਹੈਗਾ ਨਹੀਂ ਪਤਾ, ਪਤਾ ਨਹੀਂ ਹੈ, ਨਹੀਂ ਹੈ, ਨਾ ਮਾਫੀ ਮਲੂਮ, ਮਾਫੀ ਮਲੂਮ, ਮਲੂਮ 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 ਤੁੱਲੋ ਮਲੂਮ ਤੁੱਲੋ ਸ਼ੇ ਮਲੂਮ ਮਾਲਾ। ਵੀਵਰ ਮਤੀਰਾ ਲਿਆਂਦਾ ਸੀ ਅਤੇ ਇਹਨੂੰ ਕੱਟ ਰਹੇ ਹਾਂ ਅਤੇ ਹੁਣ ਖਾਵਾਂਗੇ। ਜੇ ਖਾਣਾ ਤਾਂ ਜਲਦੀ ਜਲਦੀ ਆ ਜਾਓ, ਇਹ ਦੇਖੋ ਜੀ ਇਹਦਾ ਫਤੂਰਾ। ਵੀਰ ਅਸੀਂ ਜਾ ਰਹੇ ਹਾਂ ਅੱਜ ਜ਼ਫਰੇ 'ਚ, ਉਹ ਮਜ਼ਰੇ ਜਾ ਰਹੇ ਹਾਂ, ਤੇ ਯਾਰ ਮਜ਼ਰੇ ਦੇ ਜ਼ਫਰੇ ਦਾ ਬੜੀ ਟੈਨਸ਼ਨ ਬਣਦੀ ਹੈ। ਅਸੀਂ ਜਾ ਰਹੇ ਹਾਂ ਮਜ਼ਰੇ 'ਚ, ਯਾਰ ਰੋਜ਼ ਬੋਲ ਜਾਂਦਾ ਮੈਂ ਕਿ ਮਜ਼ਰਾ ਕਿ ਜ਼ਫਰਾ, ਅਸੀਂ ਜਾ ਰਹੇ ਹਾਂ ਮਜ਼ਰੇ 'ਚ, ਉੱਥੇ ਜਾਤ ਮਿਲ ਗਈ ਤਾਂ ਅਸੀਂ ਵੇਖਾਂਗੇ ਉੱਥੇ ਕੀ ਚੀਜ਼ ਬੀਜੀ ਹੋਈ ਹੈ। ਠੀਕ ਹੈ, ਅਤੇ ਸਾਡਾ ਸੀਨੀਅਰ ਕੀ ਕਹਿੰਦੇ ਆ ਸਬਜ਼ੀਦਾਨ ਵੀ ਨਾਲ ਹੈ। ਹਾਈ ਤੂੰ ਕਿਆ ਬੋਲ ਰਿਹਾ? ਉਹ ਪਠਾਨ ਸਾਥ ਹੈ, ਇਹ ਬੋਲ ਰਿਹਾ ਮੈਂ, ਪੰਜਾਬੀ ਮੈਂ ਐਸੇ ਬੋਲਤੇ ਹੈ। ਅੱਛਾ ਸਬਜ਼ੀ ਦਾ ਬੋਲ ਰਹੇ ਹੋ? ਐਂ ਤਾਂ ਅੱਜ ਮੌਸਮ ਪਹਾੜ ਵੱਲ ਦੇਖੋ ਜੀ, ਗਰਦ ਬਣੀ ਹੋਈ ਹੈ, ਯਾਨੀ ਕਿ ਸਰਦੀ ਆਉਣ ਦੇ ਇਮਕਾਨ ਨੇ। ਹੁਣ ਸਰਦੀ ਆਏਗੀ, ਹੁਣ ਪਹਾੜ ਸਾਫ ਨਜ਼ਰ ਨਹੀਂ ਆ ਰਿਹਾ, ਅੱਜ ਗਰਦਿਸ਼ ਹੈ। ਵੀਵਰ ਆ ਦੇਖੋ ਜੀ ਪੁਦੀਨਾ ਲੱਗਿਆ ਹੋਇਆ ਜੀ ਇੱਥੇ, ਹੈ ਨਾ ਅੰਗੂਰ ਕੀ ਬੇਲ ਲੱਗੀ ਹੋਈ ਹੈ, ਉਹ ਅੰਗੂਰ ਵੀ ਲੱਗੇ ਹੋਏ ਓਏ, ਕੱਚਾ ਕੱਚਾ ਅੰਗੂਰ ਹੈ, ਅਭੀ ਪੱਕਾ ਨਹੀਂ ਹੈ, ਕੱਚਾ ਹੈ। ਇਹ ਦੇਖੋ ਜੀ ਅੰਗੂਰ, ਅਭੀ ਕੱਚਾ ਹੈ ਅੰਗੂਰ, ਅਭੀ ਖੱਟੇ ਹੈ ਨਾ। ਪਰ ਅੰਗੂਰ ਤਾਂ ਤੁਸੀਂ ਦੇਖ ਰਹੇ ਅੰਗੂਰ ਖੱਟੇ ਨੇ, ਕਿਉਂਕਿ ਸਾਨੂੰ ਨਹੀਂ ਮਿਲਣੇ ਨਾ, ਇਸ ਵਾਸਤੇ ਖੱਟੇ ਨੇ, ਅਗਰ ਮਿਲ ਜਾਂਦੇ ਫਿਰ ਤਾਂ ਪੱਕੇ ਹੋਣੇ ਸੀ ਨਾ। ਅਤੇ ਅੱਗੇ ਤੁਹਾਨੂੰ ਵਿਖਾਉਣੀ ਹੈ ਕੀ ਕੀ ਚੀਜ਼ ਬੀਜੀ ਹੋਈ ਹੈ ਇੱਥੇ, ਇਹ ਕੀ ਬੀਜਿਆ ਪਿਆ ਵੀ। ਇਹ ਥੂਮ ਹੈ, ਇੱਕ ਮਿੰਟ ਜੀ ਮੈਂ ਥੂਮ ਬੈਕ ਕੈਮਰੇ ਨਾਲ ਤੁਹਾਨੂੰ ਵਿਖਾਉਂਦਾ। ਇਹ ਥੋਮ, ਲਹਿਸਨ, ਉਹ ਜੀ ਉਨੇ ਤੱਕ ਹੈਗਾ ਜੀ, ਨਹੀਂ ਲਹਿਸਨ ਹੈ। ਇਹ ਇੱਧਰ ਕਿਆ ਚੀਜ਼ ਹੈ? ਇਹ ਪਾਲਕ ਹੈ, ਇਤਨਾ ਬੜਾ ਪਾਲਕ ਪੱਤਾ, ਪਾਲਕ ਦੇਖੋ ਜੀ ਕਿੰਨਾ ਵੱਡਾ ਪੱਤਾ ਪਾਲਕ ਦਾ। ਅਤੇ ਕਈ ਵਾਰ ਇਹ ਦਰਖਤ ਦੇਖੋ ਜੀ, ਪਤਾ ਨਹੀਂ ਕੀਸ਼ਾ ਦਾ, ਅਤੇ ਇਹਦੇ ਫੁੱਲ ਬੜੇ ਪਿਆਰੇ ਲੱਗੇ ਮੈਨੂੰ, ਅਤੇ ਅੰਮਾ ਹਜਾਣੀ ਕਹਿ ਰਹੀ ਹੈ ਕਿ ਇਹ ਸ਼ਰੀਂ ਹੈਗਾ, ਅਤੇ ਮੈਨੂੰ ਨਹੀਂ ਲੱਗਦਾ ਕਿ ਸ਼ਰੀਂ ਹੋਵੇ, ਨਹੀਂ ਜੀ ਸ਼ਰੀਂ ਨਹੀਂ ਹੈਗਾ ਜੀ। ਫੁੱਲ ਵੈਸੇ ਦੇ ਬੜੇ ਪਿਆਰੇ ਨੇ, ਖੂਬਸੂਰਤ ਲੱਗ ਰਹੇ ਨੇ। ਕਈ ਵਾਰ ਸਾਡੇ ਆਉਣ ਤੋਂ ਪਹਿਲੇ ਪਹਿਲੇ ਅਨਾਰ ਸੁੱਕ ਗਏ ਨੇ ਉੱਤੇ ਖੜ੍ਹੇ ਖੜ੍ਹੇ, ਇੰਤਜ਼ਾਰ ਤਾਂ ਇਹਨਾਂ ਨੇ ਬੜਾ ਕੀਤਾ ਲੇਕਿਨ ਪਹਿਲੇ ਹੀ ਖੁਸ਼ਕ ਹੋ ਗਏ ਨੇ। ਵੀਵਰ ਧਨੀਆ ਚੈੱਕ ਕਰੋ ਜੀ, ਮੈਂ ਤਾਂ ਇਹਨੂੰ ਧਨੀਆ ਨਹੀਂ ਕਹਿ ਰਿਹਾ, ਤਾਂ ਹਾਈ ਸਾਹਿਬ ਕਹਿੰਦੇ ਰਹੇ ਧਨੀਆ ਨੇ, ਚਲੋ ਜੀ ਮੰਨ ਲੈਂਦੇ ਹਾਂ।
वैसे काफ़ी लगे हुई ने, लेबर काम कर रही है मदरे दे विच। हमारे नौकर ये काम कर रहे हैं। हाँ नौकर हैं, तू इतों का मदीर है, ये काम कर रहे हैं जी। इधर वो लगा हुआ है, क्या बोलते हैं उसको, गंडेला, गंडेला वो उसको बोलते हैं यार, कन। व्यूअर है दरख्त है जी बुखारा, इन्हों अरबी बुखारा कह दें, आलू बुखारे की तरह होंगे लेकिन होंगे थोड़े जे छोटे है। व्यूअर मजरे च हो रहा है, तो हूँ चले हैं जफरे को उते उते जाके चाह पीने, चाह पिलावेगा। चाय दूध वाले तो नहीं है लेकिन ब्लैक चाय ये लोग नहीं पीते, तो फिर इन लोगों का अपना सोच है, जाता है तो बिस्मिल्लाह, घने जाता है तो फिर भी बिस्मिल्लाह, तो लेफ्ट साइड इशारा लगा के अपने रूम पे जाएगा। नहीं नहीं वो काले वाले पिला दे, पी लाँगे, कोई टेंशन नहीं है। दरवाज़ा थोनू पहले कौन सी दिखाया, तो हूँ देख लो जी दरवाज़ा ओपन सी, सानू किसी ने नहीं पूछा भी की लैन आयो की करन आयो, बस असी मदरे च हो के वापस जा रहे हैं। हाँ सुनाओ शेर दियाँ मासियों कैवें भजिया जाओ खान तो डर के, मौजा ने डॉक्टर है, थोड़िया मौजा ने भाई खान को डॉक्टर है, इसका इलाज करता है। हाँ शाम वाला खाना खा लिया तो पाकिस्तानी पूरे 12 बजे, तो हूँ चले हैं थोड़ा जहा रोन लाने हैं तो फिर सौन की तैयारी करते हैं।